ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਪ੍ਰੋਗਰਾਮ ਮਨ ਕੀ ਬਾਤ ਚੱਲ ਰਿਹਾ। ਲਾ ਅਫਸਰਾਂ ਦੀਆਂ ਅਸਾਮੀਆਂ 'ਚ ਰਾਖਵੇਂ ਕਰਨ ਦੇ ਫੈਸਲੇ ਸਵਾਗਤ ਇਸ ਰਿਪੋਰਟਿੰਗ ਪਿੱਛੇ ਕੀਤਾ ਗਿਆ, ਜਦਕਿ ਮੈਰਿਟ ਦੇ ਆਧਾਰ 'ਤੇ ਸਾਰਿਆਂ ਨੂੰ ਬਰਾਬਰ ਦੇ ਮੌਕੇ ਮਿਲਣੇ ਚਾਹੀਦੇ ਨੇ। ਇਹ ਸਿਧਾਂਤ ਹੀ ਗੁਰਮਤ ਦੇ ਉਲਟ ਹੈ ਕਿ ਸ਼ਡਿਊਲ ਕਾਸਟਾਂ ਵਾਸਤੇ ਰਾਖਵਾਂਕਰਨ ਕਰੋ। ਅੱਜ ਜੇ ਸ਼ਡਿਊਲ ਕਾਸਟ ਨੇ ਬੜੇ ਖੁਸ਼ਹਾਲ ਨੇ ਅਤੇ ਬਿਲਕੁਲ ਨਜਾਇਜ਼ ਫਾਇਦਾ ਚੱਕ ਰਹੇ ਨੇ ਅਤੇ ਸਰਕਾਰ ਚੁਕਵਾ ਰਹੀ ਹੈ। ਸਰਕਾਰ ਹੀ ਮੂਰਖ ਅਤੇ ਫਾਇਦਾ ਚੱਕਣ ਵਾਲੇ ਵੀ ਮੂਰਖ। ਪੇਂਡੂ ਖੇਤਰਾਂ ਵਿੱਚ ਸਰਕਾਰੀ ਬੱਸਾਂ ਦੇ ਪਰਮਿਟ ਹੋਣਗੇ ਬਹਾਲ। ਭੁੱਲਰ ਸਾਹਿਬ ਨੇ ਕਿਹਾ, ਇਹ ਟਰਾਂਸਪੋਰਟ ਮੰਤਰੀ ਨੇ ਸਿਆਣੀ ਗੱਲ ਕੀਤੀ ਇਹਨਾਂ ਨੇ। ਅਗਲੀ ਖਬਰ ਹੈ ਜੀ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਰੇ ਧੜੇ ਇਕਜੁੱਟ ਹੋਣ, ਜਥੇਦਾਰ। ਮੈਂ ਇਸ ਬੰਦੇ ਨੂੰ ਜਥੇਦਾਰ ਮੰਨਣ ਨੂੰ ਤਿਆਰ ਨਹੀਂ। ਇਹ ਬਾਦਲਾਂ ਦਾ ਟੁੱਕੜ ਬੋਚ ਹੈ, ਇਹ ਮੋਦੀ ਦਾ ਯੋਗੀ ਦਾ ਟੁੱਕੜ ਬੋਚ ਹੈ ਅਤੇ ਗੱਲਾਂ ਇੰਝ ਕਰੇਗਾ ਜਿਵੇਂ ਸਮਾਨ ਬਾਂਟ ਦੇਗਾ। ਅੰਦਰੋਂ ਬੰਦਾ ਹੈ, ਸਰਕਾਰੀ ਹੈ, ਅਤੇ ਜਿਹੜੀ ਫੈਡਰੇਸ਼ਨ ਹੈ ਇਹ ਬਾਦਲਾਂ ਦੀ ਟੁੱਕੜ ਬੋਚ ਹੈ। ਇਹ ਪਰਮਜੀਤ ਸਿੰਘ ਖਾਲਸਾ ਅਤੇ ਦੂਸਰਾ ਬੰਦਾ, ਮੈਂ ਹੁਣੇ ਨਾਂ ਦੱਸ ਦੇਣਾ ਇਹਦਾ, ਇਹ ਸ਼ੁਰੂ ਤੋਂ ਹੀ ਵਿਕੇ ਹੋਏ ਨੇ ਅਤੇ ਵਿਕੇ ਹੋਇਆਂ ਦੀ ਸਭਾ ਜਾ ਕਹਿੰਦਾ ਕਿ ਸਾਰੇ ਇਕੱਠੇ ਹੋਵੋ। ਸੋ ਇੱਕ ਪਾਸੇ ਚਿੜਦੀ ਕਲਾ ਵਾਲੇ ਗੁਰਸਿੱਖ ਨੌਜਵਾਨ, ਇੱਕ ਪਾਸੇ ਵਿਕੇ ਹੋਏ ਬੰਦੇ ਜਿਨ੍ਹਾਂ 'ਚ ਰਜਿੰਦਰ ਸਿੰਘ ਮਹਿਤਾ, ਪਰਮਜੀਤ ਸਿੰਘ ਖਾਲਸਾ, ਮੇਜਰ ਸਿੰਘ, ਸਾਰੇ ਸ਼ੁਰੂ ਤੋਂ ਹੀ ਬਾਦਲਾਂ ਦੇ ਬੰਦੇ ਨੇ। ਇਸ ਕਰਕੇ ਜਥੇਦਾਰ ਸਾਹਿਬ, ਇਹੋ ਜਿਹੀਆਂ ਕੰਪਨੀਆਂ ਨਾ ਹੀ ਮਾਰਿਆ ਕਰੋ। ਆਪ ਸਰਕਾਰ ਬਸਪਾ ਅੰਦੋਲਨ ਅੱਗੇ ਚੁੱਕੀ ਗੜੀ, ਦਫਾ ਕਰੋ, ਆਪਾਂ ਕੀ ਲੈਣਾ। ਸ਼੍ਰੋਮਣੀ ਅਕਾਲੀ ਦਲ ਆਪਣੇ ਸਿਧਾਂਤਾਂ ਤੋਂ ਭਟਕਿਆ। ਪਰਮਿੰਦਰ ਢੀਂਡਸਾ ਬਿਲਕੁਲ ਸਿਆਣੀ ਗੱਲ ਕੀਤੀ ਇਹਨੇ। ਕ੍ਰਸ਼ਰ ਮਾਲਕਾਂ ਵੱਲੋਂ ਪੰਜਾਬ ਸਰਕਾਰ ਦੀ ਨਵੀਂ ਖਣ ਨੀਤੀ ਰੱਦ, ਬਿਲਕੁਲ ਰੱਦ ਕਰਨੀ ਚਾਹੀਦੀ ਸੀ। ਅੱਗੇ ਕੋਈ ਫਿਲਮਾਂ ਬਾਰੇ ਸੁਣ ਲਓ। ਮਾਧਵੰਦੀ ਰੋਕੈਟਰੀ ਦੇ ਸਿਨੇਮਾ ਘਰ 50 ਦਿਨ ਪੂਰੇ, ਮੈਂ ਵੇਖੀ ਫਿਲਮ, ਬਹੁਤ ਸੋਹਣੀ ਫਿਲਮ ਹੈ, ਆਈ ਐਪਰੀਸ਼ੀਏਟ। ਚਿਰਨਜੀਵੀ ਦੀ ਭੋਲਾ ਸ਼ੰਕਰ ਅਗਲੇ ਸਾਲ ਰਿਲੀਜ਼ ਹੋਏਗੀ, ਚਲੋ ਵਧਾਈਆਂ ਵਧਾਈਆਂ ਵਧਾਈਆਂ। ਸਨਾ ਕਪੂਰ ਦੀ ਕਾਮੇਡੀ ਫਿਲਮ ਸਰੋਜ ਕਾ ਰਿਸ਼ਤਾ ਦਾ ਟ੍ਰੇਲਰ ਰਿਲੀਜ਼ ਹੋਇਆ, ਚਲੋ ਅੱਜ ਹੁਣੇ ਦੇਖ ਕੇ ਤੁਹਾਨੂੰ ਮੈਂ ਆਪਣੇ ਕਮੈਂਟ ਦਿੰਦਾ। ਕਾਮੇਡੀ ਹਮੇਸ਼ਾ ਹੀ ਚੰਗੀ ਹੁੰਦੀ ਹੈ। ਅਤੇ ਲਾਈਗਰ 25 ਅਗਸਤ ਨੂੰ ਧਮਾਲ ਮਚਾਏਗੀ, ਵਿਜੇ ਦੇਵਰ ਕੌਂਡਾ। ਸੋ ਇਹ ਫਿਲਮ ਬਿਲਕੁਲ ਆਹ ਕਿਸਮ ਦੀ ਹੈ ਅਤੇ ਧਮਾਲ ਮਚਾਉਣੀ ਚਾਹੀਦੀ ਹੈ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ।